ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੀਡੀਆ ਦੇ ਅੰਦਰ ਬਹੁਤ ਵੱਡੀ ਖਬਰ ਚੱਲ ਰਹੀ ਆ ਤੇ ਬੜੀ ਉੱਚੀ ਸੁਰ ਦੇ ਵਿੱਚ ਚੱਲ ਰਹੀ ਆ ਕਿ ਕੈਨੇਡਾ ਦੇ ਅੰਦਰ ਕਿਸੇ ਵੀ ਹਿੰਦੂਆਂ ਦੇ ਮੰਦਿਰ ਦੇ ਉੱਤੇ ਹਮਲਾ ਹੋ ਗਿਆ ਤੇ ਉਸ ਦਾ ਸੰਕੇਤ ਦਿੱਤਾ ਜਾ ਰਿਹਾ ਕਿ ਸਿੱਖਾਂ ਵੱਲੋਂ ਉਸ ਤੇ ਕੀਤਾ ਗਿਆ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਕਿਉਂ ਨਾ ਸਮੁੱਚੇ ਮੀਡੀਆ ਨੂੰ ਤੇ ਦੇਸ਼ ਦੇ মিডিਆ ਨੂੰ ਕਿ ਇਹ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਅਸੀਂ ਭਾਸ਼ਾ ਵਰਤ ਰਹੇ ਹਾਂ ਤੇ ਮੇਨੂੰ ਲੱਗਦਾ ਇਹ ਭਾਸ਼ਾ ਜਿਹੜੀ ਹੈ ਨਾ ਤਾਂ ਸਾਡੇ ਦੇਸ਼ ਦੇ ਅੰਦਰ ਆਪਸੀ ਹਾਲਾਤਾਂ ਦੇ ਵਾਸਤੇ ਫਾਇਦੇਮੰਦ ਆ ਤੇ ਨਾ ਹੀ ਵਿਦੇਸ਼ਾਂ 'ਚ ਬਸਦੇ ਸਾਡੇ ਸਮੁੱਚੇ ਭਾਰਤੀਆਂ ਦੇ ਲਈ ਫਾਇਦੇਮੰਦ ਹੁੰਦਾ ਇਸ ਮਾਮਲੇ ਨੂੰ ਇਕੱਲਾ ਸਿੱਖਾਂ ਨੂੰ ਦੋਸ਼ੀ ਠਰਾਉਣ ਦਾ ਮਸਲਾ ਨਾ ਬਣਾਇਆ ਜਾਵੇ ਇੱਕ ਮੈਂ ਬੇਨਤੀ ਕਰਨੀ ਚਾਹੁੰਨਾ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿ ਇਹ ਜਿਹੜੀ ਜਿਹੜਾ ਨੈਰੇਟਿਵ ਬਣਾਇਆ ਜਾ ਰਿਹਾ ਉਸ ਦੇ ਵਿੱਚ ਉਸ ਦਾ ਜਿਹੜਾ ਸਪਸ਼ਟ ਪੱਖ ਇੱਥੋਂ ਸ਼ੁਰੂ ਕਰਨਾ ਚਾਹੀਦਾ ਕਿ ਇਸ ਦੇਸ਼ ਦੇ ਅੰਦਰ ਸਿੱਖਾਂ ਦਾ ਕਿੱਡਾ ਵੱਡਾ ਰੋਲ ਆ ਤੇ ਆਪਾਂ ਲੰਬੀ ਗੱਲ ਨਾ ਕਰੀਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦਾ 400 ਸਾਲਾ ਜਿਹੜਾ ਕਿ ਇਸ ਦੇਸ਼ ਨੇ ਮੌਜੂਦਾ ਸਰਕਾਰ ਨੇ ਕਿਹਨਾ ਲਾਲ ਕਿਲੇ ਤੇ ਮਨਾਇਆ ਜਿਨ੍ਹਾਂ ਨੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਮਾਨਵਤਾ ਦੇ ਭਲੇ ਤੇ ਮਨੁੱਖੀ ਅਧਿਕਾਰਾਂ ਦੇ ਮੱਦੇ ਨਜ਼ਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹਿੰਦੂ ਧਰਮ ਨੂੰ ਬਚਾਉਣ ਦੇ ਵਾਸਤੇ ਸੀਸ ਗੰਸਾਹ ਬਖੇ ਆਪਣਾ ਜਿਹੜਾ ਸੀਸ ਕੁਰਬਾਨ ਕੀਤਾ ਉਸ ਤੋਂ ਬਾਅਦ ਬੜੀਆਂ ਉਦਾਹਰਨਾਂ ਨੇ ਤੇ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦਾ ਜਿਨ੍ਹਾਂ ਨੇ ਇਹ ਗੁਰਦੁਆਰਾ ਸਹਿਬਾਨ ਦੇ ਲਈ ਜ਼ਗੀਰਾਂ ਲਾਈਆਂ ਉਹ ਸਾਰੀਆਂ ਕੀਤੀਆਂ ਉਥੇ ਦੇਸ਼ ਦੇ ਬੜੇ ਨਾਮੀ ਜਿਹੜੇ ਮੰਦਰ ਸੀ ਉਹਨਾਂ ਵਾਸਤੇ ਵੀ ਜਿਹੜੇ ਕਹਿੰਦੇ ਹੁੰਦੇ ਆ ਉਹਨਾਂ ਨੇ ਭੇਟਾਵਾਂ ਦਿੱਤੀਆਂ ਇਹ ਦੇਸ਼ ਦੇ ਅੰਦਰ ਜਿਹੜਾ ਸਾਡਾ ਇਤਿਹਾਸ ਹੈ ਉਹ ਇਸ ਗੱਲ ਦੀ ਗਵਾਹੀ ਭਰਦਾ ਹੈ ਤੋ ਇਸ ਕਰਕੇ ਜਿਹੜੀ ਤਸਵੀਰ ਅੱਜ ਕੈਨੇਡਾ ਵਿੱਚੋਂ ਸਾਹਮਣੇ ਆ ਰਹੀ ਆ ਇਸ ਤਰ੍ਹਾਂ ਦੀ ਤਸਵੀਰ ਜਿਹੜੀ ਆ ਉਹ ਕਈ ਵਾਰ ਦਿਖਾਈ ਦਿੱਤੀ ਆ ਕੈਨੇਡਾ ਦੇ ਅੰਦਰ ਭਾਵੇਂ ਕਿ ਜਿਹੜੇ ਅੱਜ ਸਬੰਧ ਨੇ ਕਾਫੀ ਵੱਡੀ ਪੱਧਰ ਤੇ ਖਟਾਸ ਵਿੱਚ ਨੇ ਤੇ ਵਿਗੜ ਚੁੱਕੇ ਨੇ ਜਿਨ੍ਹਾਂ ਦੇ ਸਬੰਧਾਂ ਨੂੰ ਸੁਧਾਰਨ ਦੇ ਲਈ ਅਸੀਂ ਦੇਸ਼ ਲਈ ਤੇ ਕੈਨੇਡਾ ਦੀ ਸਰਕਾਰ ਲਈ ਅਪੀਲ ਵੀ ਕਰਦੇ ਆ ਕਿ ਇਸ ਨੂੰ ਸੁਧਾਰਨਾ ਬੜਾ ਜ਼ਰੂਰੀ ਆ ਤੇ ਸੁਧਾਰਨਾ ਚਾਹੀਦਾ ਮੈਂ ਇਹ ਗੱਲ ਕਰਦਾ ਸੀਗਾ ਕਿ ਇਹ ਤਸਵੀਰਾਂ ਜਿਹੜੀਆਂ ਅੱਜ ਦੇਖਣ ਵਿੱਚ ਆ ਰਹੀਆਂ ਨੇ ਇਹ ਤਸਵੀਰਾਂ ਪਿਛਲੇ ਕੁਝ ਦਿਨਾਂ ਚ ਕਿਸੇ ਗੁਰਦੁਆਰੇ ਦੇ ਬਾਹਰ ਸੀ ਜਾਂ ਬੈਸੀ ਦੇ ਬਾਹਰ ਸੀ ਸੋ ਇਹ ਤਸਵੀਰਾਂ ਇਸ ਤਰ੍ਹਾਂ ਚੱਲ ਰਹੀਆਂ ਨੇ ਸੋ ਇਹ ਕੋ ਅੱਜ ਪਹਿਲੀ ਤਸਵੀਰ ਨਹੀਂ ਹੈਗੀ ਦੂਜੀ ਗੱਲ ਮੈਂ ਇਹ ਗੱਲ ਕਹਿ ਦਮਾ ਕਿ ਇਹਨੂੰ ਕਿਸੇ ਵੀ ਤਰ੍ਹਾਂ ਹਿੰਦੂ ਮੰਦਰ ਤੇ ਹਮਲਾ ਨਾ ਮੰਨਿਆ ਜਾਵੇ ਹਮਲਾ ਹੋਇਆ ਸੀ ਇੰਦਰਾ ਗਾਂਧੀ ਨੇ 84 ਵਿੱਚ ਕੀਤਾ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਟਾਇਆ 38 ਗੁਰਦੁਆਰਾ ਸਾਹਿਬ ਤੇ ਕੀਤਾ ਤੇ ਇਹ ਇਹ ਦੋ ਵਿਚਾਰਧਾਰਾ ਦੇ ਲੋਕਾਂ ਦਾ ਆਪਸੀ ਟਕਰਾਵ ਆ ਉਹ ਭਾਵੇਂ ਜਿਹੜਾ ਟਕਰਾਵ ਆ ਉਹ ਜਿਹੜਾ ਕਿ ਮੰਦਰ ਦੇ ਬਾਹਰ ਹੈ ਤੇ ਉਸ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸੇ ਨੇ ਵੀ ਕਿਸੇ ਦੇ ਧਰਮ ਨੂੰ ਤੋਹਫੀ ਨਹੀਂ ਕੀਤੀ ਕਿਸੇ ਨੂੰ ਕੋ ਧਾਰਮਿਕ ਗਾਲੀ ਗਲੋਚ ਨਹੀਂ ਹੋ ਰਹੀ ਜਾਂ ਕਿਸੇ ਦੇ ਧਰਮ ਦੀ ਕੋਈ ਹਾਨੀ ਨਹੀਂ ਕੀਤੀ ਜਾ ਰਹੀ ਕਿਸੇ ਤਰ੍ਹਾਂ ਮੰਦਰ ਦੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਇਹ ਦੋ ਵਿਚਾਰਧਾਰਾ ਦਾ ਜਿਹਨਾਂ ਦਾ ਆਪਸੀ ਟਕਰਾਅ ਚੱਲ ਰਿਹਾ ਹੁਣ ਇੱਕ ਪਾਸੇ ਜਿਹੜੇ ਖਾਲਿਸਤਾਨ ਵਿਚਾਰਧਾਰਾ ਦੇ ਲੋਕ ਆ ਉਹ ਜਿਹੜਾ ਗੱਲ ਕਰ ਰਹੇ ਨੇ ਉਹ ਗੱਲ ਕਰ ਰਹੇ ਨੇ ਕਿ ਜਿਹੜਾ ਨਿੱਜਰ ਨੌਜਵਾਨ ਸੀ ਸਿੱਖ ਨੌਜਵਾਨ ਜਿਨ੍ਹਾਂ ਦਾ ਕਤਲ ਹੋਇਆ ਤੇ ਉਸ ਕਤਲ ਦੇ ਲਈ ਕੈਨੇਡਾ ਦੀਆਂ ਏਜੰਸੀਆਂ ਜਿਹੜੀਆਂ ਉਹ ਇਸ਼ਾਰਾ ਕਰ ਰਹੀਆਂ ਕਿ ਹਿੰਦੁਸਤਾਨ ਦੇ ਕੁਝ ਲੋਕ ਜਿਹੜੇ ਇਸ ਵਿੱਚ ਸ਼ਾਮਲ ਨੇ ਉਹ ਇਹੀ ਗੱਲ ਕਰ ਰਹੇ ਨੇ ਤੇ ਇਸ ਗੱਲ ਨੂੰ ਅਸੀਂ ਕਿਸੇ ਧਰਮ ਦੇ ਖਿਲਾਫ ਨਾ ਮੰਨਿਆ ਜਾਵੇ ਸੋ ਅਸੀਂ ਅਪੀਲ ਕਰਦੇ ਹਾਂ ਇਸ ਦੇਸ਼ ਦੀ ਮੀਡੀਆ ਨੂੰ ਅਪੀਲ ਕਰਦੇ ਹਾਂ ਇੱਥੋਂ ਦੇ ਜਿਹੜੇ ਸਤਾ ਤੇ ਬੈਠੇ ਲੋਕ ਐ ਇਸ ਗੱਲ ਨੂੰ ਬੇਲੋੜੀ ਹਵਾ ਨਾ ਦਿੱਤੀ ਜਾਵੇ ਕਿਉਂਕਿ ਸਿੱਖ ਦਾ ਇੱਕ ਫਲਸਫਾ ਵਾ ਸਿੱਖ ਕਦੇ ਵੀ ਕਿਸੇ ਦਾ ਧਾਰਮਿਕ عقیده ਤੇ ਹਮਲਾ ਨਹੀਂ ਕਰਦਾ ਉਹਦੇ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰਦਾ ਸੋ ਇਹਨਾਂ ਗੱਲਾਂ ਨੂੰ ਸਾਡੇ ਦੋ ਵਿਚਾਰਧਾਰਾਂ ਦੇ ਟਕਰਾਅ ਦੀ ਗੱਲ ਕਰਨੀ ਚਾਹੁੰਦੇ ਆ ਸੋ ਇਸ ਕਰਕੇ ਇਹਨੂੰ ਸਿੱਖ Hindu ਦਾ ਰੌਲਾ ਮਸਲਾ ਨਾ ਬਣਾਇਆ ਜਾਵੇ ਜਿਹਦੇ ਨਾਲ ਸਿੱਖਾਂ ਨੂੰ ਬਦਨਾਮ ਨਾ ਕੀਤਾ ਜਾਵੇ ਕਿਉਂਕਿ ਇਹ ਗੱਲ ਪੱਕੀ ਆ ਕਿ ਸਿੱਖ ਕਦੇ ਵੀ ਕਿਸੇ ਵੀ ਧਰਮ ਤੇ ਹਮਲਾ ਨਹੀਂ ਕਰਦਾ ਉਹ ਵਿਸ਼ੇਸ਼ ਵਿਅਕਤੀ ਤੇ ਜਾਬਰ ਤੇ ਜ਼ਾਲਮ ਦੇ ਖਿਲਾਫ ਕਰਦਾ ਜੇ ਔਰੰਗੇ ਦੇ ਖਿਲਾਫ ਜਾਂ ਹੋਰ ਜਿਹੜੇ ਜਿਹੜੇ ਸ਼ਾਸਕ ਸੀਗੇ ਮੁਗਲ ਸ਼ਾਸਕ ਸੀ ਉਹਨਾਂ ਦੇ ਖਿਲਾਫ ਲੜਾਈ ਲੜਦਾ ਪਰ ਇਹ ਜਿਹੜਾ ਨਵਾਬ ਮਲੇਰ ਕੋਟਲਾ ਵਾ ਉਹ ਵੀ ਮੁਸਲਮਾਨ ਆ ਸੋ ਸਿੱਖਾਂ ਦਾ ਇੱਕ ਫਲਸਫਾ ਵਾ ਇਸ ਨੂੰ ਜਾਤੀ ਤੌਰ ਤੇ ਨਾ ਗਿਣਿਆ ਜਾਵੇ ਜਿਹੜੀ ਆਵਾਜ਼ ਉੱਥੋਂ ਉਠਾਈ ਜਾ ਰਹੀ ਆ ਉਸ ਆਵਾਜ਼ ਦੀ ਜਵਾਬਦੇਹੀ ਲੋਕ ਮੰਗ ਰਹੇ ਨੇ ਤੇ ਉਹਦੇ ਹੀ ਸਾਨੂੰ ਜਵਾਬਦੇਹੀ ਦੇਣੀ ਚਾਹੀਦੀ ਆ ਤਾਂ ਕਿ ਇਹ ਵਿਵਾਦ ਨਾ ਪੈਦਾ ਹੋਵੇ ਸੋ ਬੇਨਤੀ ਕਰਦੇ ਆਂ ਕਿ ਇਹਨਾਂ ਮਾਮਲਿਆਂ ਨੂੰ ਜੋ ਦੋ ਵਿਚਾਰਧਾਰਾਾਂ ਦੇ ਆਪਸੀ ਆਪਸੀ ਵਿਵਾਦ ਨੇ ਆਪਸੀ ਟਕਰਾਅ ਨੇ ਉਹਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਮੰਦਰ ਤੇ ਹਮਲੇ ਦਾ ਨਾਮ ਨਾ ਦਿੱਤਾ ਜਾਵੇ ਇਹ ਅੱਜ ਦੇ ਸਮੇਂ ਦੀ ਵੱਡੀ ਲੋੜ ਆ ਦੋਹਾਂ ਦੇਸ਼ਾਂ ਦੇ ਸਬੰਧ ਆਪਸੀ ਸੁਧਰਨੇ ਚਾਹੀਦੇ ਆ ਇਹ ਸਮੇਂ ਦੀ ਵੱਡੀ ਲੋੜ ਆ